ਤੇਰਾ ਪਹਿਲਾ ਸਵਾਲ, ਇੱਕ ਪਤੀ ਪਤਨੀ ਦਾ ਰਿਸ਼ਤਾ ਕਿਵੇਂ ਦਾ ਹੋਣਾ ਚਾਹੀਦਾ? ਬਰਾਬਰ ਦਾ, ਇਕੁਅਲ ਇਕੁਅਲ, ਨਾ ਕੋਈ ਅੱਗੇ ਨਾ ਕੋਈ ਪਿੱਛੇ, ਨਾ ਕੋਈ ਘੱਟ ਨਾ ਕੋਈ ਵੱਧ, ਬਿਲਕੁਲ ਜਿਵੇਂ ਗੱਡੀ ਦੇ ਦੋ ਪਹੀਏ ਨਾਲ ਚੱਲਦੇ ਆ ਉਦਾਂ ਹੀ। ਨਾਈਸ। ਅੱਛਾ ਸੀਰਤ, ਦੂਜਾ ਸਵਾਲ, ਇੱਕ ਵੋਟੀ ਦਾ ਆਪਣੇ ਹਸਬੈਂਡ ਲਈ ਕੀ ਰੋਲ ਹੁੰਦਾ? ਇੱਕ ਵੋਟੀ ਦਾ ਹੱਕ ਹੁੰਦਾ ਕਿ ਆਪਣੇ ਘਰ ਵਾਲੇ ਦੀਆਂ ਗਲਤੀਆਂ ਨੂੰ ਸੁਧਾਰਨਾ, ਉਹਨੂੰ ਕੋਈ ਵੀ ਗਲਤ ਫੈਸਲਾ ਲੈਣ ਤੋਂ ਰੋਕਣਾ, ਉਹਨੂੰ ਖੁਸ਼ ਰੱਖਣਾ, ਉਹਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਲੱਭਣਾ, ਤੇ ਇਹੀ ਸਭ ਡਿਊਟੀਆਂ ਹੁੰਦੀਆਂ ਇੱਕ ਵੋਟੀ ਦੀਆਂ। ਠੀਕ ਹੈ ਸੀਰਤ, ਤੇਰਾ ਤੀਜਾ ਤੇ ਆਖਰੀ ਸਵਾਲ, ਇੱਕ ਨੂੰਹ ਦਾ ਆਪਣੇ ਸਹੁਰੇ ਘਰ ਲਈ ਕੀ ਰੋਲ ਹੁੰਦਾ? ਇੱਕ ਨੂੰਹ ਨੂੰ ਆਪਣੇ ਸਹੁਰੇ ਘਰ ਨੂੰ ਚੰਗੀ ਤਰ੍ਹਾਂ ਮੈਨੇਜ ਕਰਨਾ ਆਉਣਾ ਚਾਹੀਦਾ, ਆਪਣੇ ਸਹੁਰਿਆਂ ਲਈ ਚੰਗੇ ਫੈਸਲੇ ਲੈਣਾ, ਤੇ ਜੇ ਗੱਲ ਕੀਤੀ ਜਾਵੇ ਸੱਸ ਲੱਭਣ ਦੀ, ਤੇ ਨੂੰਹਾਂ ਇਸ ਤੋਂ ਵਧੀਆ ਕੰਮ ਨਹੀਂ ਕਰ ਸਕਦੀਆਂ। ਇੰਪ੍ਰੈਸਿਵ। ਠੀਕ ਹੈ ਸੀਰਤ, ਤੇਰੇ ਆਂਸਰਸ ਕਾਫੀ ਛੋਟੇ ਸੀ, ਪਰ ਤੂੰ ਬਹੁਤ ਸਮਾਰਟਲੀ ਆਂਸਰਸ ਦਿੱਤੇ। ਹੁਣ ਤੂੰ ਜਾ ਸਕਦੀ ਹੈ, ਪਰ ਫੋਟੋ ਖਿਚਵਾ ਲਈ, ਅਸੀਂ ਤੈਨੂੰ ਕਾਲ ਕਰਕੇ ਦੱਸ ਦਾਂਗੇ। ਜੀ। ਸੀਰਤ 'ਚ ਦਮ ਤਾਂ ਹੈ, ਹਜੇ ਤੱਕ ਜਿੰਨੀਆਂ ਵੀ ਕੁੜੀਆਂ ਆਈਆਂ, ਸੀਰਤ ਸਭ ਤੋਂ ਵੱਧ ਸਮਾਰਟ, ਪ੍ਰੈਜੈਂਟੇਬਲ ਅਤੇ ਸਮਝਦਾਰ ਲੱਗੀ। ਖਾਨਦਾਨੀ ਵੀ ਹੈ ਅਤੇ ਕਲਾਸ ਵੀ ਹੈ। ਇਹ ਤਾਂ ਹੈ, ਪਰਿਵਾਰ 'ਚ ਕਿਸੇ ਨਾਲ ਰਿਸ਼ਤਾ ਹੋ ਜਾਏ ਤਾਂ ਇਸ ਤੋਂ ਚੰਗਾ ਹੋਰ ਕੀ ਹੋਏਗਾ, ਅਤੇ ਨਾਲੇ ਉਹਨੂੰ ਸ਼ੌਕ ਵੀ ਨਹੀਂ ਲੱਗੇਗਾ, ਅਤੇ ਉਹ ਪਹਿਲਾਂ ਤੋਂ ਹੀ ਜਾਣਦੀ ਹੋਏਗੀ ਕਿ ਡੀਜੇ ਕਿਸ ਖਤਰੇ ਦਾ ਨਾਮ ਹੈ। ਕੀ ਹੋਇਆ, ਹੋ ਗਿਆ ਨਾ ਸਾਰੀ ਕੁੜੀਆਂ ਦਾ ਇੰਟਰਵਿਊ? ਨਹੀਂ ਮੈਮ। ਓਹੋ, ਹਜੇ ਕਿੰਨੀਆਂ ਰਹਿ ਗਈਆਂ ਨੇ? ਬਸ ਇੱਕ ਕਲਾਸ। ਅੱਛਾ ਠੀਕ ਹੈ ਠੀਕ ਹੈ, ਭੇਜੋ ਉਸਨੂੰ। ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਕੁੜੀ ਸੀਰਤ ਤੋਂ ਚੰਗੀ ਹੋਏਗੀ, ਪਰ ਚਲੋ ਕੋਈ ਨਹੀਂ, ਦੇਖ ਲੈਂਦੇ ਹਾਂ। ਤੂੰ ਸਹੀ ਕਹਿ ਰਹੀ ਹੈ ਫਲਕ, ਨੰਬਰ 58 ਮੈਮ, ਤੁਹਾਡਾ ਨੰਬਰ ਆ ਗਿਆ, ਤੁਸੀਂ ਅੰਦਰ ਜਾ ਸਕਦੇ ਹੋ। ਪਾਪਾ ਜੀ, ਹੁਣ ਬਸ ਸਭ ਵਧੀਆ ਕਰਾ ਦੇਣਾ। ਤੁਸੀਂ ਕੇਕ ਲੈ ਕੇ ਹੁਣੇ ਆ ਰਹੇ ਹੋ? ਐਨੀ ਲੇਟ? ਅੱਛਾ ਛੇਤੀ ਕੇਕ ਰੈਡੀ ਕਰੋ, ਡੀਜੇ ਕਦੇ ਵੀ ਆਉਂਦੇ ਹੋਣਗੇ। ਇਹ ਤਾਂ ਉਹੀ ਹੈ, ਸ਼੍ਰਿੰਗ ਡ੍ਰਿੰਗ ਸਰਵਲੀ, ਉਸ ਟੈਲ ਜੀ ਤੇ ਪਰਿਵਾਰ ਦੀਆਂ ਨੂੰ ਇੱਥੇ ਆਡੀਸ਼ਨ 'ਚ ਕੀ ਕਰ ਰਹੀਆਂ ਨੇ? ਓ ਨੋ ਹੀਰ, ਹੁਣ ਤੂੰ ਕੀ ਕਰੇਂਗੀ? ਡਾਊਨਲੋਡ ਕਰੋ Z5 ਐਪ ਤੇ ਵੇਖੋ ਆਪਣੇ ਪਸੰਦੀਦਾ ਸ਼ੋਜ਼ ਦੇ ਸਾਰੇ ਐਪੀਸੋਡ ਕਿਤੇ ਵੀ ਕਦੇ ਵੀ ਬਿਲਕੁਲ ਮੁਫਤ।